ਸਿੱਖ ਮਜ਼ਹਬ ਦੇ ਬਾਨੀ ਬਾਬਾ ਗੁਰੂ ਨਾਨਕ ਦੇਵ ਜੀ ਦੇ 549ਵੇਂ ਜਨਮ ਦਿਨ ਦੀਆਂ ਤਕਰੀਬਾਤ ਅੰਮ੍ਰਿਤ ਵੇਲੇ ਇਬਾਦਤ ਨਾਲ ਸ਼ੁਰੂ ਹੋਈਆਂ। ਸਾਰੀ ਦੁਨੀਆ ਤੋਂ ਸਿੱਖ ਸੰਗਤਾਂ ਜਨਮ ਅਸਥਾਨ ਤੇ ਮੱਥਾ ਟੇਕਣ ਲਈ ਆਈਆਂ ਤੇ ਕਿਊ ਵਿੱਚ ਲੱਗੀਆਂ ਆਪਣੀ ਵਾਰੀ ਨੂੰ ਉਡੀਕਦੀਆਂ ਰਹੀਆਂ। ਵੀਕ ਵਿੱਚ ਖੜੇ ਸਿੱਖਾਂ ਨੂੰ ਇੱਥੇ ਆਉਣ ਦੀ ਕਿੰਨੀ ਖੁਸ਼ੀ ਹੈ ਉਹਨਾਂ ਦੇ ਮੂੰਹੋਂ ਹੀ ਸੁਣ ਲਓ। ਆਉਂਦੇ ਹਾਂ ਅਤੇ ਲੋਕ ਖੁਸ਼ੀ ਦੇ ਨਾਲ ਸਾਨੂੰ ਬੁਲਾਉਂਦੇ ਅਤੇ ਸਾਡਾ ਮਨ ਵੀ ਖੁਸ਼ ਹੁੰਦਾ, ਅਸੀਂ ਵੀ ਉਹਨਾਂ ਦੇ ਨਾਲ ਖੁਸ਼ੀ ਦੇ ਨਾਲ ਬੋਲਦੇ ਚੱਲਦੇ ਹਾਂ, ਮਿਲ ਵਰਤਨ ਕਰਦੇ ਹਾਂ। ਸੋ ਇਹੀ ਪੈਗਾਮ ਹੈ ਕਿ ਆਪਣੇ ਮਨਾਂ ਦੀ ਜੋ ਈਰਖਾ ਹੈ ਉਹ ਆਪੋ ਆਪਣੀਆਂ ਸਰਕਾਰਾਂ ਨੂੰ ਕਿਹਾ ਜਾਵੇ ਕਿ ਰਲ ਕੇ ਕੰਮ ਕਰਨ। ਮੇਰਾ ਨਾਮ ਹੈਗਾ ਰਵਿੰਦਰਜੀਤ ਕੌਰ ਮਾਨ ਅਤੇ ਮੈਂ UK ਤੋਂ ਆਈ ਹਾਂ। ਮੈਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਾ, ਮਾਹੌਲ ਰੀਲੀ ਨਾਈਸ, ਅਤੇ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਲੱਖ ਲੱਖ ਵਧਾਈ ਹੋਵੇ। ਬਹੁਤ ਖੁਸ਼ ਹੋਏ ਹਾਂ, ਸਾਨੂੰ ਬਹੁਤ ਸਾਰੇ ਨੇ ਪਿਆਰ ਦਿੱਤਾ ਹਰ ਇੱਕ ਥਾਂ 'ਤੇ, ਹੈ ਬਾਕੀ ਦੋਵਾਂ ਦੇਸ਼ਾਂ ਦੇ ਸਾਡੇ ਸਾਰੇ ਗੁਰਦੁਆਰੇ, 2/3 ਆਫ ਪੰਜਾਬ ਇਸ ਇਨ ਪਾਕਿਸਤਾਨ, ਸਾਡਾ ਸਭ ਕੁਛ ਇੱਥੇ ਹੀ ਹੈ। ਸੋ ਅਸੀਂ ਵੀ ਚਾਹੁੰਦੇ ਹਾਂ ਵੀ ਦੋਨੋਂ ਪਾਸੇ ਪਿਆਰ ਮੁਹੱਬਤ ਨਾਲ ਗੱਲ ਚੱਲੇ। ਤਕਰੀਬ ਦੇ ਉਚੇਚੇ ਪ੍ਰਾਹੁਣੇ ਫੈਡਰਲ ਰਿਲੀਜੀਅਸ ਮਿਨਿਸਟਰ ਪੀਰ ਨੂਰੁਲ ਹੱਕ ਕਾਦਰੀ ਸੀ। ਸਾਰੀ ਦੁਨੀਆ ਤੋਂ ਆਏ ਸਿੱਖ ਸੌਜਵਾਨਾਂ ਦੀਆਂ ਤਕਰੀਰਾਂ ਸੁਣਦੇ ਸਿੱਖ ਯਾਤਰੀ ਜਨਮ ਅਸਥਾਨ ਤੇ ਆਉਣ ਤੇ ਰੱਬ ਦਾ ਸ਼ੁਕਰ ਕਰਦੇ ਰਹੇ। ਖਾਣਾ ਸਾਹਿਬ ਦਾ, ਇਹਦੀ ਤਾਂ ਅਸੀਂ ਸਿਫਤੀ ਨਹੀਂ ਕਰ ਸਕਦੇ ਜੀ, ਸਿਫਤੀ ਵੀ ਸਾਡੀ ਕੰਮ ਪੈ ਜਾਏਗੀ ਜੇ ਅਸੀਂ ਸਿਫਤ ਵੀ ਕਰਨ ਲੱਗੀਏ। ਸਾਨੂੰ ਪਤਾ ਨਹੀਂ ਵੀ ਕਿਵੇਂ ਲੋਕਾਂ ਹਾਓ ਦੀ ਪਾਕਿਸਤਾਨੀ ਪੀਪਲ ਟ੍ਰੀਟ ਅਸ ਔਰ ਐਕਸਪੈਕਟ, ਵੀ ਆਰ ਸੋ ਡਿਲਾਈਟਡ ਟੂ ਸੀ ਦੇ ਆਰ ਵੈਰੀ ਪਰਸਨਲ ਕਲਾਇਰ, ਹੈਲਪ ਕਰਦੇ ਆ, ਓਪਨ ਦੇਅਰ ਆਰਮ ਫਾਰ ਅਸ। ਦਰਖਾਸਤ ਕਰਾਂਗੇ, ਬਾਬੇ ਦਾ ਘਰ ਹੈ, ਸਾਰੇ ਆ ਕੇ ਦਰਸ਼ਨ ਕਰੋ। ਸਾਨੂੰ ਵਾਹਿਗੁਰੂ ਨੇ, ਸਾਡੇ ਕਿਸਮਤ ਸੀ ਇੱਥੇ ਦਰਸ਼ਨ ਕਰਨ ਦੀ, ਸਾਨੂੰ ਮਹਾਰਾਜ ਨੇ ਭੇਜਤਾ ਤਾਂ ਉਹਨਾਂ ਨੂੰ ਵੀ ਵਾਹਿਗੁਰੂ ਭੇਜੇ। ਸਿੱਖ ਯਾਤਰੀਆਂ ਦਾ ਆਖਣਾ ਸੀ ਪਾਕਿਸਤਾਨ ਆ ਕੇ ਉਹਨਾਂ ਨੂੰ ਲੱਗਦਾ ਹੈ ਉਹ ਆਪਣੇ ਘਰ ਆਏ ਹੋਏ ਨੇ। ਮੈਂ ਜਲੰਧਰ ਖਾਸ ਤੋਂ ਇੱਥੇ ਦਰਸ਼ਨ ਕਰਨ ਆਇਆ ਹਾਂ। ਇੱਥੇ ਆ ਕੇ ਜੋ ਮੈਨੂੰ ਮਨ ਦੀ ਸੰਤੁਸ਼ਟੀ ਜਾਂ ਮੈਂ ਆ ਕੇ ਇੰਤਜ਼ਾਮ ਦੇਖਿਆ, ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿ ਮੈਨੂੰ ਚਲੋ ਲਾਸਟ ਟਾਈਮ ਜਾ ਕੇ ਮੈਂ ਮਹਾਂਪੁਰਸ਼ਾਂ ਦੇ ਆਪਣੇ ਗੁਰੂ ਦੇ ਦਰਸ਼ਨ ਵੀ ਕਰ ਸਕਿਆ, ਜਗ੍ਹਾ ਦੇ ਦੇਖ ਲਿਆ, ਬੜੀ ਖੁਸ਼ੀ ਹੋ ਰਹੀ ਹੈ। ਔਰ ਜੋ ਇੱਥੋਂ ਦਾ ਪਿਆਰ ਮਿਲਿਆ ਉਹ ਬਹੁਤ ਅੱਛਾ, ਮੈਂ ਉਸਦੇ ਬਾਰੇ ਕੀ ਬਿਆਨ ਕਰਾਂ। ਮੈਂ ਖੁਸ਼ਕਿਸਮਤ ਸਮਝਦਾ, ਜਗ੍ਹਾ ਤਾਂ ਨਹੀਂ ਮੈਨੂੰ ਮਿਲੀ ਬੈਠਣ ਲਈ ਰਹਿਣ ਦੀ, ਪਰ ਮੈਨੂੰ ਇੱਥੇ ਸੰਤੁਸ਼ਟੀ ਬੜੀ ਹੋਈ, ਬਹੁਤ ਪਿਆਰ ਮਿਲਿਆ ਜਿੱਦਾਂ ਮੈਂ ਕੋਈ ਦੱਸ ਨਹੀਂ ਸਕਦਾ। ਮੈਨੂੰ ਇੱਥੇ ਬਹੁਤ ਜ਼ਿਆਦਾ ਪਿਆਰ ਮਿਲਿਆ, ਜਿਹੜਾ ਤੁਸੀਂ ਸੁਣਿਆ ਸੀ ਉਸ ਤੋਂ ਉਲਟ ਹੋਇਆ। ਸਾਨੂੰ ਜਦੋਂ ਅਸੀਂ ਤੁਰੇ ਸੀ ਡਰਾਉਂਦੇ ਸੀ, ਕਹਿੰਦੇ ਵੀ ਉੱਥੇ ਪਾਕਿਸਤਾਨ ਨਾ ਜਾਇਓ ਕਿਉਂਕਿ ਉੱਥੇ ਪ੍ਰੋਬਲਮ ਆ, ਪਰ ਸਾਨੂੰ ਇੰਨਾ ਸਤਿਕਾਰ ਅਤੇ ਪਿਆਰ ਅਤੇ ਇੰਨੀ ਸਕਿਉਰਟੀ ਮਿਲੀ ਮੈਂ ਉਹਦੀ ਲਾਈਫ 'ਚ ਨਹੀਂ ਦੇਖੀ। ਕਹਿੰਦੇ ਹੁਣ ਕੈਨੇਡਾ ਦੇ ਵੀ ਸਾਡਾ ਪ੍ਰਾਈਮ ਮਿਨਿਸਟਰ ਇਕੱਲਾ ਹੀ ਤੁਰਿਆ ਫਿਰਦਾ, ਸਕਿਉਰਟੀ ਨਹੀਂ ਹੁੰਦੀ, ਪਰ ਸਾਡੇ ਨਾਲ ਇੱਥੇ ਸਕਿਉਰਟੀ ਆਲ ਦਾ ਟਾਈਮ ਰਹਿੰਦੇ ਆ। ਅਤੇ ਮੇਰੇ ਕੋਲ ਲਫਜ਼ ਹੈ ਨਹੀਂ, ਮੈਂ ਤੁਹਾਨੂੰ ਕੀ ਦੱਸਾਂ ਵੀ ਕਿੰਨਾ ਪਿਆਰ ਅਤੇ ਸਤਿਕਾਰ ਦਿੱਤਾ ਤੁਸੀਂ ਲੋਕਾਂ ਨੇ, ਅਤੇ ਮੈਂ ਅੱਲਾ ਮੂਹਰੇ ਦੁਆ ਕਰਦਾ ਵੀ ਆਪਾਂ ਦੁਬਾਰਾ ਫਿਰ ਇੱਕ ਹੋਈਏ। ਹਰਜਿੰਦਰ ਸਿੰਘ ਜੀ ਰਹਿਣਾ, ਜੰਮੂ ਕਸ਼ਮੀਰ ਤੋਂ ਆਇਆ ਗੁਰੂ ਸਾਹਿਬ ਦੇ ਦਰਸ਼ਨਾਂ ਲਈ। ਇੱਥੇ ਦਾ ਮਾਹੌਲ ਦੇਖ ਕੇ, ਇੱਥੇ ਦਾ ਕਲਚਰ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਜੋ ਸਾਂਝੀ ਵਾਲਤਾ ਦਾ ਉਪਦੇਸ਼ ਹੈ,
ਉਹ ਇੱਥੇ ਆ ਕੇ ਦੇਖਣ ਵਿੱਚ ਮਿਲਦਾ ਹੈ। ਜੀ ਇੱਥੇ ਆ ਕੇ ਬੜਾ ਵਧੀਆ ਲੱਗਾ, ਪ੍ਰੋਗਰਾਮ ਬੜੇ ਵਧੀਆ ਨੇ, ਚੰਗਾ ਕੀਤਾ ਤੁਸੀਂ, ਇੰਤਜ਼ਾਮ ਵੀ ਚੰਗਾ ਹੈ। ਅਸੀਂ ਪਹਿਲਾਂ ਬਹੁਤ ਡਰਦੇ ਸੀ ਪਾਕਿਸਤਾਨ ਆਉਣ ਤੋਂ, ਪਰ ਜਦੋਂ ਅਸੀਂ ਇੱਥੇ ਆਏ ਹਾਂ ਇੱਥੋਂ ਦਾ ਮਾਹੌਲ ਬਹੁਤ ਵਧੀਆ ਹੈ, ਸਾਡੀ ਬਹੁਤ ਰਿਸਪੈਕਟ ਕਰਦੇ ਨੇ, ਅਤੇ ਅਸੀਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਮੰਗਦੇ ਹਾਂ ਕਿ ਸਾਰੇ ਜਣੇ ਆਓ ਇਸ ਪਵਿੱਤਰ ਧਰਤੀ 'ਤੇ ਅਤੇ ਗੁਰੂ ਗੁਰਦੁਆਰਿਆਂ ਦੇ ਦਰਸ਼ਨ ਕਰੋ। ਅਗਰ ਕੀਰਤਨ ਦਾ ਜਲੂਸ ਸ਼ੁਰੂ ਹੋਇਆ ਤਾਂ ਰਸ਼ ਪੈ ਗਿਆ, ਸਿੱਖ ਮਜ਼ਹਬ ਦੇ ਰਵਾਇਤੀ ਰੰਗਾਂ ਵਿੱਚ ਰੰਗਿਆ ਨਗਰ ਕੀਰਤਨ ਦੇਖਣ ਵਾਲਿਆਂ ਨੂੰ ਹੈਰਾਨ ਕਰ ਦਿੰਦਾ ਏ। ਨਗਰ ਕੀਰਤਨ ਵਿੱਚ ਰਵਾਇਤੀ ਵਰਦੀ ਪਾਏ ਬੈਂਡ ਵਾਜੇ ਵਾਲੇ ਤੇ ਸਭ ਤੋਂ ਅੱਗੇ ਸੀ। ਚੱਕੀ ਪੰਜ ਪਿਆਰੇ ਤੁਰੇ ਤੇ ਹਜ਼ਾਰਾਂ ਸਿੱਖ ਜਲੂਸ ਵਿੱਚ ਸ਼ਾਮਲ ਸੀ। ਗੈਂਡੇ ਦੇ ਪੀਲੇ ਫੁੱਲਾਂ ਨਾਲ ਸਜੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਹੱਥ ਲਾਉਣਾ ਹਰ ਬੰਦੇ ਦਾ ਚਾਅ ਸੀ। ਕੀਰਤਨ ਵਿੱਚ ਬੰਦੇ ਬੁੜੀਆਂ ਨਿੱਕੇ ਵੱਡੇ, ਬੁੱਢੇ ਬਾਬੇ ਤੇ ਵਡੇਰੀਆਂ ਮਾਈਆਂ, ਹਰ ਉਮਰ ਦੇ ਸਿੱਖ ਸ਼ਾਮਲ ਸੀ। ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਤੋਂ ਪਿੱਛੇ ਸ਼ਿੰਗਾਰੀਆਂ ਹੋਈਆਂ ਟਰੈਕਟਰ ਟਰਾਲੀਆਂ ਵੀ ਨਗਰ ਕੀਰਤਨ ਦਾ ਹਿੱਸਾ ਸੀ। ਕੀਰਤਨ ਗੁਰਦੁਆਰਾ ਜਨਮ ਸਥਾਨ ਤੋਂ ਬਾਹਰ ਨਿਕਲਿਆ ਤੇ ਸਾਰੇ ਨਨਕਾਣੇ ਦੀਆਂ ਗਲੀਆਂ ਵਿੱਚ ਘੁੰਮਿਆ। ਜਨਮ ਦਿਨ ਦੇ ਮੌਕੇ ਤੇ ਥਾਂ ਥਾਂ ਤੇ ਗੁਰੂ ਦਾ ਲੰਗਰ ਵੀ ਵੰਡਿਆ ਜਾ ਰਿਹਾ ਸੀ। ਕਿਤੇ ਦੇਸੀ ਘਿਓ ਵਿੱਚ ਜਲੇਬੀਆਂ ਬਣ ਰਹੀਆਂ ਸੀ ਤੇ ਕਿਤੇ ਮੋਤੀ ਚੂਰ ਦੇ ਲੱਡੂ ਤੇ ਕਿਤੇ ਪਕੌੜੇ ਤੇ ਚਾਹ ਤੇ ਦੁੱਧ ਵਾਲਾ ਸ਼ਰਬਤ। ਇਹਦਾ ਪ੍ਰਬੰਧ ਕਰਨ ਵਾਲੇ ਵੀ ਦੂਰ ਦੂਰ ਦੇ ਦੇਸਾਂ ਵਿੱਚੋਂ ਆਏ ਹੋਏ ਸੀ। ਸੰਗਤਾਂ ਕੋਲੋਂ ਜੋ ਵੀ ਇਕੱਤਰ ਕਰਕੇ ਮਾਇਆ ਥੋੜੀ ਥੋੜੀ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੈ ਉਹ ਅਸੀਂ ਇਕੱਠੀ ਕਰਕੇ ਹਰ ਸਾਲ ਲੱਡੂਆਂ ਦੀ ਸੇਵਾ ਕਰਾਉਂਦੇ ਹਾਂ ਤਾਂ ਕਿ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਗੁਰੂ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਹੈ, ਜੋ ਗੁਰੂ ਮਹਾਰਾਜ ਦਾ 20 ਰੁਪਏ ਦਿੱਤੇ ਖਰਚ ਕੀਤੇ ਆ, ਅੱਜ ਦੁਨੀਆਂ ਵਿੱਚ ਕਿਸ ਤਰ੍ਹਾਂ ਉਹ 20 ਰੁਪਏ ਉਹ ਵਰਤ ਰਹੇ ਆ, ਉਹ ਗੁਰੂ ਦਾ ਖਜ਼ਾਨਾ ਜਿਹੜਾ ਅੱਜ ਅਸੀਂ ਕੈਸ਼ ਕਰ ਰਹੇ ਹਾਂ। ਸਥਾਨ ਦੇ ਸਰੋਵਰ ਤੇ ਇਸ਼ਨਾਨ ਕਰਨ ਵਾਲੇ ਯਾਤਰੀਆਂ ਦਾ ਰਸ਼ ਸੀ ਤੇ ਬੀਬੀ ਨਾਨਕੀ ਦਾ ਖੂਹ ਵੀ ਅਕੀਦਤਾਂ ਦਾ ਮਰਕਜ਼ ਸੀ। ਜਨਮ ਸਥਾਨ ਤੇ ਆਏ ਯਾਤਰੀਆਂ ਦੇ ਦਿਲ ਦੀ ਆਵਾਜ਼ ਸੀ ਭਈ ਵੀਜ਼ੇ ਲੰਮੇ ਹੋ ਜਾਣ ਤੇ ਉਹ ਇੱਥੇ ਹੀ ਰਹਿ ਜਾਣ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਬਹੁਤ ਅੱਛਾ ਲੱਗਿਆ ਹੈਗਾ, ਵੈਲਕਮ ਅੱਛਾ ਹੋਇਆ ਹੈ ਗੁਰਦੁਆਰੇ ਦਾ, ਔਰ ਇਤਨਾ ਆਨੰਦ ਆਇਆ ਕਹਿ ਨਹੀਂ ਸਕਦੇ, ਸ਼ਾਇਦ ਪਰਮਾਤਮਾ ਨੇ ਕਿਸ ਤਰ੍ਹਾਂ ਸਾਨੂੰ ਇੱਥੇ ਲਿਆਂਦਾ ਸੋਚ ਨਹੀਂ ਸਕਦੇ। ਅਸੀਂ ਆ ਨਹੀਂ ਸਕਦੇ, ਮੇਰੀਆਂ ਬੇਟੀਆਂ ਨਾਲ ਸਾਨੂੰ ਲੈ ਕੇ ਆਈਆਂ ਹੈ,
ਇੱਥੇ ਪਹਿਲਾਂ ਤਾਂ ਸੁਣਦੇ ਹੁੰਦੇ ਸੀ ਵੀ ਗੁਰੂ ਨਾਨਕ ਨੇ ਆਹ ਕੀਤਾ ਹੁਣ ਆਪਣੇ ਅੱਖੀਂ ਦੇਖ ਕੇ ਪਤਾ ਚੱਲਿਆ ਆ ਵੀ ਕੀ ਦੇਖਿਆ। ਸਪੈਸ਼ਲੀ ਜਿਹੜੇ ਨਿਆਣੇ ਆ ਨਾ ਉਹ ਦੇਖੂਗੇ ਤਾਂ ਗਾਹਾਂ ਦੂਸਰੇ ਨਿਆਣਿਆਂ ਨੂੰ ਦੱਸੂਗੇ, ਇਸ ਕਰਕੇ ਇੱਥੇ ਆਣ ਕੇ ਬਹੁਤ ਸੋਹਣਾ ਲੱਗਾ ਆ। ਇੰਗਲੈਂਡ ਤੋਂ ਆਏ ਆ ਸਾਰੀ ਸੰਗਤ ਨਾਲ, ਵੈਸੇ ਬਹੁਤ ਵਧੀਆ ਲੱਗਿਆ ਇੱਥੇ। ਇੱਕ ਵੀਕ ਹੋ ਗਿਆ ਅਸੀਂ ਸਾਰੇ ਗੁਰਦੁਆਰਾ ਦੇਖਿਆ, ਹੁਣ ਅੱਜ ਇੱਥੇ ਆਏ ਆ, ਯਾ ਨਾਈਸ ਲੱਗਿਆ। ਨਾਲੇ ਮੈਂ ਬਹੁਤ ਪ੍ਰਿਵਲੇਜਡ ਫੀਲ ਕਰਦੀ ਹਾਂ ਮੈਂ ਇੱਥੇ ਆਈ ਹਾਂ। ਪਾਕਿਸਤਾਨੀਆਂ ਦੇ ਮਿਲਣ ਵਰਤਨ ਤੇ ਹੈਰਾਨ ਸੀ ਤੇ ਕੋਈ ਅਸਲੀ ਤੇ ਠੇਠ ਪੰਜਾਬੀ ਸੁਣ ਕੇ ਖੁਸ਼ ਸੀ। ਅੱਛਾ ਲੱਗਿਆ, ਅਸੀਂ ਕਹਿੰਦੇ ਅਸੀਂ ਆਪਣੇ ਆਪ ਨੂੰ ਪੰਜਾਬੀਆਂ, ਪਰ ਸਾਡੇ ਤੋਂ ਅੱਛੀ ਪੰਜਾਬੀ ਬੋਲਦੇ ਹੈਗੇ ਨੇ ਤੇ ਲੱਗਦਾ ਹੀ ਨਹੀਂ ਹੈਗਾ ਕਿ ਅਸੀਂ ਪ੍ਰਦੇਸ਼ ਵਿੱਚ ਬੈਠੇ ਹੈਗੇ ਹਾਂ, ਤੇ ਉਹ ਅਸੀਂ ਅਸਲੀ ਪੰਜਾਬੀ ਤਾਂ ਇਹ ਹੈਗੇ ਨੇ ਤੇ ਅਸੀਂ ਤਾਂ ਐਵੇਂ, ਸਾਨੂੰ ਤਾਂ ਇੰਨੀ ਅੱਛੀ ਪਿਆਰੀ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ ਜਿੰਨੀ ਅੱਛੀ ਪੰਜਾਬੀ ਆ ਲੋਕ ਬੋਲ ਲੈਂਦੇ ਹੈਗੇ। ਦੇਖ ਕੇ ਬੜਾ ਖੁਸ਼ੀ ਹੋਈ, ਬਹੁਤ ਕੀਤੀ ਸਾਡੇ ਨਾਲ, ਇੰਨੀ ਬਹੁਤ ਵਧੀਆ ਸਲੂਕ ਕਰਦੇ ਆ, ਅਸੀਂ ਤਾਂ ਇਹਨਾਂ ਦੇ ਪੈਰ ਧੋ ਧੋ ਪਈਏ, ਜਿੱਦਾਂ ਇਹਨਾਂ ਨੇ ਸਾਡੇ ਆਉਣ ਜਾਣ ਦਾ ਪ੍ਰਬੰਧ, ਰਹਿਣ ਦਾ ਪ੍ਰਬੰਧ ਸਭ ਬਹੁਤ ਵਧੀਆ ਆ ਜੀ। ਖੁਸ਼ੀਆ ਦਿਲ ਹੋਇਆ, ਤੁਹਾਡਾ ਪ੍ਰੇਮ ਸਾਨੂੰ ਬਹੁਤ ਚੰਗਾ ਲੱਗਾ, ਜਿੱਦਾਂ ਅਸੀਂ ਕਹਿੰਦੇ ਸੀਗੇ ਉੱਦਾਂ ਨਹੀਂ ਹੈਗਾ, ਬਹੁਤ ਨਾਈਸ ਤੁਸੀਂ ਵਰਤਾਅ ਕਰਦੇ ਸਾਡੇ ਨਾਲ, ਬਹੁਤ ਬਹੁਤ ਨਾਈਸ ਪ੍ਰੋਗਰਾਮ। ਬੀਆਂ ਤੇ ਸ਼ਾਪਿੰਗ ਦੀ ਉਡੀਕ ਵਿੱਚ ਸੀ ਜੀ। ਤਾਂ ਦੇਖੋ ਜੀ, ਲੇਡੀਜ਼ ਤਾਂ ਸੂਟ ਲਿਜਾਣੇ ਹੀ ਲਿਜਾਣੇ ਆ, ਸਾਨੂੰ ਨਾ ਵੀ ਲੋੜ ਹੋਵੇ ਕਿਉਂਕਿ ਇੰਡੀਆ 'ਚ ਬਥੇਰੇ, ਅਮਰੀਕਾ 'ਚ ਬਥੇਰੇ, ਪਰ ਫਿਰ ਵੀ ਇੱਥੇ ਦੀ ਸੁਗਾਤ, ਲੇਡੀਜ਼ ਸੂਟ ਹੋਏ, ਸ਼ਾਲ ਹੋਏ, ਕੋਈ ਹੋਰ ਬੱਚਿਆਂ ਵਾਸਤੇ ਕੱਪੜੇ ਹੋਏ, ਮਤਲਬ ਅਸੀਂ ਤਾਂ ਸ਼ੋਪਿੰਗ ਕੱਲ੍ਹ ਵੀ ਕੀਤੀ ਸੀ ਨਾਰਕਲੀ ਅਤੇ ਅੱਜ ਕੱਲ੍ਹ ਨੂੰ ਫਿਰ ਕਰਨੀ ਆ, ਅਤੇ ਪ੍ਰਸ਼ਾਦ ਤਾਂ ਚਲੋ ਲੈ ਕੇ ਜਾਵਾਂਗਾ ਹੀ, ਪਰ ਲੇਡੀਜ਼ ਤਾਂ ਮੋਸਟਲੀ ਸ਼ੋਪਿੰਗ ਜ਼ਿਆਦਾ ਕਰਦੀਆਂ। ਹਾਂਜੀ, ਕਿਉਂਕਿ ਉਹਨਾਂ ਨੇ ਫਿਰ ਉਹ ਦੁਕਾਨਦਾਰਾਂ ਨੂੰ ਵੀ ਤਾਂ ਕੋਈ ਬੈਨੀਫਿਟ ਹੋਵੇ ਨਾ ਲੇਡੀਜ਼ ਦਾ, ਕਿਉਂਕਿ ਜੈਂਟਸ ਤਾਂ ਕਰਦੇ ਨਹੀਂ ਸ਼ੋਪਿੰਗ, ਅਤੇ ਲੇਡੀਜ਼ ਦੇ ਸਿਰ 'ਤੇ ਚੱਲਦੀਆਂ। ਜੇ ਅਸੀਂ ਥੋੜ੍ਹਾ ਸਿਖਾ ਕੇ ਲਿਆਈਦਾ ਪਹਿਲਾਂ ਹੀ, ਪੈਸੇ ਰੱਖ ਲਈਦੇ ਆ ਕਿ ਇੰਨੇ ਪੈਸੇ ਅਸੀਂ ਖਰਚਣੇ ਹੀ ਖਰਚਣੇ ਆ, ਅਤੇ ਤੁਸੀਂ ਚਾਹੇ ਬੋਲੋ ਅਤੇ ਨਾ ਬੋਲੋ, ਅਤੇ ਅਸੀਂ ਤਾਂ ਸ਼ੋਪਿੰਗ ਕਰਨੀ ਆ, ਬਸ ਇਹ ਗੱਲ ਆ। ਕੀਰਤਨ ਮੁੜ ਕੇ ਗੁਰਦੁਆਰੇ ਵਿੱਚ ਵੜਿਆ ਅਤੇ ਸ਼ਾਮ ਦੀਆਂ ਬੱਤੀਆਂ ਬਲ ਪਈਆਂ ਅਤੇ ਗੁਰਦੁਆਰਾ ਜਗਮਗ ਜਗਮਗ ਕਰਨ ਲੱਗ ਪਿਆ ਅਤੇ ਮੁੱਕਦਾ ਹਨੇਰਾ ਬਾਬੇ ਨਾਨਕ ਦਾ ਸੁਨੇਹਾ ਵੀ ਯਾਦ ਕਰਾ ਗਿਆ ਵੀ ਚੰਗੇ ਅਮਲਾਂ ਨਾਲ ਜੱਗ ਰੌਸ਼ਨ ਕਰਦੇ।